ਮੈਂ ਇਸ ਵੇਲੇ ਮਲੋਟ ਦੇ ਵਿੱਚ ਆ ਮਲੋਟ ਦੇ ਬੁਰਜਾਂ ਵਾਲੇ ਫਾਟਕ ਦੇ ਕੋਲ ਤੁਹਾਨੂੰ ਲਾਈਵ ਰੇਡ ਦਿਖਾਈਏ ਕਿ ਪੁਲਿਸ ਦੀ ਰੇਡ ਚੱਲ ਰਹੀ ਹੈ ਔਰ ਰੇਡ ਕੀਤੀ ਹੈ ਉਹਨਾਂ ਜਗਾਵਾਂ ਦੇ ਉੱਪਰ ਜਿਹੜੀ ਜਗ੍ਹਾ ਦੇ ਉੱਪਰ ਚਿੱਟਾ ਹੈ ਜਿਹੜਾ ਉਹ ਸ਼ਰਾਂ ਵਿੱਚਾਂ ਜਾ ਰਿਹਾ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦਿਖਾਇਆ ਕਿ ਮਲੋਟ ਸਿਟੀ ਦੇ ਜਿਹੜੇ ਐਸ.ਐਚ.ਓ ਹੈ ਕਰਮਜੀਤ ਕੌਰ ਖੁਦ ਸਾਦੀ ਵਰਦੀ ਦੇ ਵਿੱਚ ਨਿਕਲੇ ਖੁਦ ਮੋਟਰਸਾਈਕਲ ਤੇ ਨਿਕਲੇ ਔਰ ਨਾਲ ਇਨਫੋਰਮਰ ਓਸ ਹੀ ਉਹਨਾਂ ਦੇ ਕੋਲ ਜਿਹੜਾ ਇਸ ਜਗ੍ਹਾ ਤੋਂ ਆ ਕੇ ਚਿੱਟਾ ਲੈ ਕੇ ਜਾਂਦਾ ਸੀ ਇਸ ਮੁਹੱਲੇ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਘਰ ਨੇ ਜਿਨ੍ਹਾਂ ਦੇ ਵਿੱਚ ਸ਼ਰ੍ਯਾਮ ਇਥੇ ਨਸ਼ਾ ਜਿਹੜਾ ਉਹ ਵੇਚਿਆ ਜਾਂਦਾ ਹੈ ਕਿ ਤੁਸੀਂ ਵੇਖੋ ਕਿ ਸਾਦੀ ਵਰਦੀ ਦੇ ਵਿੱਚ ਖੁਦ ਐਸਚਓ ਇਥੇ ਪਹੁੰਚੇ ਨੇ ਇਧਰ ਵੀ ਦੇਖੋ ਸਿਵਲ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਤਲਾਸ਼ੀ ਲੈਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਤੁਸੀਂ ਵੇਖੋ ਇਸ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੀਜ਼ਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਸ਼ੱਕ ਪੈਦਾ ਕਰਦੀਆਂ ਅੱਗੇ ਵੀ ਚੱਲਦੇ ਆ ਕਿ ਅੱਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਅਸੀਂ ਉਸ ਘਰ ਦੇ ਵਿੱਚ ਆ ਜਿਸ ਘਰ ਦੇ ਵਿੱਚ ਪਹਿਲਾਂ ਮਲੋਟ ਸਿਟੀ ਦੇ ਐਸਚਓ ਨੇ ਆਪ ਦਾ ਇਨਫਾਰਮਰ ਦੇ ਨਾਲ ਇਥੇ ਪਹੁੰਚੇ ਇਹ ਕੁੜੀ ਹੈ ਜਿਸ ਦੀ ਆਈਡੈਂਟੀਟੀ ਅਸੀਂ ਨਹੀਂ ਦਿਖਾਵਾਂਗੇ ਜਿਹੜੀ ਖੁਦ ਚੱਟਾ ਕਰਦੀ ਇੱਕ ਵਾਰ ਦੇਖੋ ਤਸਵੀਰਾਂ ਲਾਈਵ ਤੁਹਾਨੂੰ ਤ ਕਿਸ ਤਰ੍ਹਾਂ ਤਲਾਸ਼ੀ ਤੋਂ ਬਾਅਦ ਇਹਨਾਂ ਤੋਂ ਬਰਾਮਦੀ ਜਿਹੜੀ ਹੋਈ ਹੈ ਮੈਮ ਤਲਾਸ਼ੀ ਤੁਸੀਂ ਕੀਤੀ ਹੈ ਤੁਸੀਂ ਇੱਥੇ ਪਹੁੰਚੇ ਹੋ ਕੀ ਕੁਝ ਮਿਲਿਆ ਇੱਥੇ ਇੱਦੇ ਕੋਲੋਂ ਸਾਨੂੰ ਕੁਝ ਚਿੱਟਾ ਔਰ ਜਿਹੜਾ ਸਾਡਾ ਆਪਣਾ ਕੈਸ਼ ਕੁਝ ਕੈਸ਼ ਜਿਹੜਾ ਮਿਲਿਆ ਆਏਗਾ ਕੁਝ ਜਿਹੜਾ ਚਿੱਟਾ ਮਿਲਿਆ ਹਲੇ ਤਾਂ ਵੇਚ ਨਹੀਂ ਕੀਤਾ ਕਿ ਕਿੰਨਾ ਆਏਗਾ ਪਰ ਇਹ ਜਿਹੜਾ ਸਾਨੂੰ ਇਨਫੋਰਮੇਸ਼ਨ ਸਗੀ ਕਿ ਕਾਫੀ ਟਾਈਮ ਤੋਂ ਇੱਥੇ ਵੇਚ ਰਿਹਾ ਕਾਫੀ ਟਾਈਮ ਤੋਂ ਵੇਚ ਰਿਹਾ ਔਰ ਇਹਨਾਂ ਦਾ ਕੋਈ ਵੀ ਕੰਮ ਨਹੀਂ ਹੈਦਾ ਔਰ ਇਸੇ ਤੇ ਇਹ ਬਿਜ਼ਨਸ ਜਿਹੜਾ ਘਰ-ਵਾਰ ਚਲਾ ਰਿਹਾ ਇੱਕ ਦੋ ਵਾਰ ਅਸੀਂ ਰੈਡਾਂ ਵੀ ਕੀਤੀਆਂ ਅਸੀਂ ਕਸ ਆਪਰੇਸ਼ਨ ਵੀ ਕੀਤਾ ਸੀ ਪਰ ਇਹ ਬਹੁਤ ਛ ਕਉ ਤੇ ਹੱਥ ਸੋਲਫ 100 ਟਾਈਪ ਲੋਕ ਹੈਗੇ ਨੇ ਜਿਹੜੇ ਬਿਲਕੁਲ ਵੀ ਨਹੀਂ ਤੇ ਫਿਰ ਅੱਜ ਅਸੀਂ ਜਿਹੜਾ ਸਟ੍ਰਿੰਗ ਟਾਈਪ ਇੱਕ ਇਹ ਵੇਖਣਾ ਮੈਂ ਕੀਤਾ ਇਹਦਾ ਉਹਦੇ ਵਿੱਚ ਅਸੀਂ ਸਕਸੈਸ ਹੋਏ ਕਿੰਨਾ ਟਾਈਮ ਕਿੰਨਾ ਲੱਗਿਆ ਇਸ ਨੂੰ ਪਲਾਨਿੰਗ ਕਰਨ ਦੇ ਉਪਰ ਸਾਦੀ ਵਰਦ ਜੁੱਸੀ ਆਇਆ ਨਾਲ ਉਹ ਕੁੜੀ ਲੈ ਕੇ ਆਇਆ ਜਿਹੜੀ ਅਕਸਰ ਨਸ਼ਾ ਲੈ ਕੇ ਜਾਂਦੀ ਇੱਥੇ ਸਾਨੂੰ 2 ਤੋਂ 3 ਦਿਨ ਲੱਗੇ ਅਲੱਗ ਪੱਗੇ ਰਾਹ ਹੀ ਨਹੀਂ ਦੇ ਰਹੇ ਸੀ ਇਹਨਾਂ ਨੇ ਮਤਲਬ ਬਹੁਤ ਹੀ ਵਧੀਆ ਤਰੀਕੇ ਨਾਲ ਜਿਵੇਂ ਕਹਿੰਦੇ ਨਾ ਟਰੈਂਡ ਬੰਦ ਹੁੰਦੇ ਉਸ ਤਰ੍ਹਾਂ ਹੁੰਦੇ ਇਹਨਾਂ ਦੇ ਬੱਚੇ ਵੀ ਇਨਫੋਰਮ ਕਰਦੇ ਕਿ ਕੋਈ ਗੱਡੀ ਬਾਹਰ ਨਹੀਂ ਹੈ ਜਿਹੜਾ ਲੋਕਲ ਹੈਗੀ ਹੈ ਜੇ ਹੋਰ ਕੋਈ ਬਾਹਰ ਦਾ ਨੰਬਰ client ਆਊਗਾ ਤੇ ਦੇਣਗੇ ਨਹੀਂ ਜਿਹੜੇ ਪੱਕੇ client ਹੈ ਉਹਨਾਂ ਨੂੰ ਜਲਦੀ ਸਾਡੇ ਨਸੀ ਲਈ ਪਹਿਲਾਂ ਇਹਨਾਂ ਦੀ ਪਛਾਣ ਵਾਲਾ ਬੰਦਾ ਆਵੇ ਉਹ ਵਿਸ਼ਵਾਸ ਦੇਵੇ ਉਸ ਤੋਂ ਬਾਅਦ ਐਗਰੀ ਹੁੰਦੇ ਨਹੀਂ ਬਿਲਕੁਲ ਨਵੇਂ ਬੰਦੇ ਨੂੰ ਨਹੀਂ ਇਦਾਂ ਤੁਹਾਨੂੰ ਵੀ ਕਿਰਾ ਮਨਾ ਕੀਤਾ ਹੋਊਗਾ ਫਿਰ ਇਹ ਮੈਡਮ ਦੇ ਕਹਿੰਦੇ ਤਾਂ ਕੀ ਬਿਲਕੁਲ ਬਿਲਕੁਲ ਬਹੁਤ ਸ਼ੱਕ ਕੀਤਾ ਇਹਨਾਂ ਨੇ ਮੇਰੇ ਤੇ ਕਿਉਂਕਿ ਜਿਵੇਂ ਤੁਸੀਂ ਦੇਖਿਆ ਮੇਰੇ ਹੁਣ ਇਹਨਾਂ ਨੇ ਪੋਸਟਿੰਗ ਇੱਥੇ ਹੋਈ ਆ ਬਹੁਤੇ ਲੋਕ ਹੀ ਜਾਣਦੇ ਨਹੀਂ ਤਾਂ ਵੀ ਇਹਨਾਂ ਨੇ ਮੇਰੇ ਤੇ ਦੋ ਡਾਊਟ ਜਾਰੀ ਕੀਤਾ ਕਿ ਇਹ ਕੁੜੀ ਸਾਨੂੰ ਪੁਲਿਸ ਵਾਲੀ ਲੱਗਦੀ ਤੁਸੀਂ ਦੇਖੋ ਇੰਨੇ ਇੰਪ੍ਰੈਸ਼ਨ ਨਾਲ ਕੋਲੇ ਹੈ ਇਹ ਕੁੜੀ ਪੁਲਿਸ ਵਾਲੀ ਲੱਗਦੀ ਫਿਰ ਇਹਨਾਂ ਦਾ ਜਿਹੜਾ ਪਰਮਨੈਂਟ ਕੋਈ ਕਲਾਇੰਟ ਹੈਗਾ ਸੀ ਜਿਵੇਂ ਇਹਨਾਂ ਨੂੰ ਪਤਾ ਦੇਖੋ ਮੈਂ ਤਸਵੀਰਾਂ ਦਿਖਾ ਦਈਏ ਸਾਦੀ ਵਰਦੀ ਵਿੱਚ ਪੁਲਿਸ ਦੇ ਮੁਲਾਜ਼ਮ ਨੇ ਉਹ ਸਾਦੀ ਵਰਦੀ ਕਿ ਨਜ਼ਰ ਆ ਰਹੇ ਨੇ ਮੂੰਹ ਇਹਨਾਂ ਦੇ ਕਵਰ ਕੀਤੇ ਹੋਏ ਨੇ ਕਿਸ ਤਰ੍ਹਾਂ ਇਹ ਨਸ਼ੇ ਦਾ ਪੂਰਾ ਰੈਕਟ ਚੱਲਦਾ ਕਿਉਂਕਿ ਪਹਿਲਾਂ ਪਹਿਚਾਨ ਵਾਲੇ ਕਿਸੇ ਨੂੰ ਲੈ ਕੇ ਆਣਾ ਪੈਂਦਾ ਤੇ ਉਸ ਤੋਂ ਬਾਅਦ ਆਖਿਰਕਾਰ ਇਹ ਨਸ਼ਾ ਹੈ ਜਿਹੜਾ ਇਹਨਾਂ ਨੂੰ ਮਿਲਿਆ ਤੁਸੀਂ ਇੱਕ ਵਾਰ ਤਸਵੀਰਾਂ ਅੱਗੇ ਵੀ ਦੇਖ ਲਓ ਕਿ ਅੱਗੇ ਕਿਸ ਤਰ੍ਹਾਂ ਦੀ ਤਲਾਸ਼ੀ ਹੈ ਉਹ ਲਗਾਤਾਰ ਚੱਲ ਰਹੀ ਹੈ ਹਾਲਾਂਕਿ ਇਸ ਕੁੜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਤਾਂ ਫੇਸ ਇੱਕ ਵਾਰੀ ਕਵਰ ਕਰਾ ਦਿਓ ਜੀ ਅਸੀਂ ਇਹਦੀ ਆਇਡੈਂਟੀ ਐਕਸਪੋਜ਼ ਨਹੀਂ ਕਰਾਂਗੇ ਇਸ ਲੜਕੀ ਨੂੰ ਕਹਾਂਗੇ ਸਾਹਮਣੇ ਆ ਕੇ ਇੱਕ ਵਾਰ ਗੱਲ ਕਰਨ ਕਿ ਆਖਿਰ ਇਹਨਾਂ ਨੇ ਵੀ ਕਾਫੀ ਵੱਡਾ ਕੰਮ ਕੀਤਾ ਹੈ ਪੁਲਿਸ ਦੀ ਕਿਤੇ ਨਾ ਕਿਤੇ ਸਪੋਰਟ ਕੀਤੀ ਹੈ ਮੈਂ ਮੈਥੇ ਆਉ ਤੁਸੀਂ ਕਿੰਨਾ ਟਾਈਮ ਤੁਹਾਨੂੰ ਕਿੰਨਾ ਹੋ ਗਿਆ ਇਸ ਚੀਜ਼ ਦੇ ਚ ਪਾਈ ਨੂੰ ਤੁਸੀਂ ਵੀ ਅਕਸਰ ਡਰੱਗਸ ਦੇ ਵਿੱਚ ਡਰੱਗਸ ਲੈਨੇ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤਿੰਨ ਸਾਲ ਹੋ ਗਏ ਸਰ ਹੂੰ ਤਿੰਨ ਸਾਲ ਤੋਂ ਇੰਨਾ ਤੋਂ ਹੀ ਸਮਾਨ ਲੈ ਰਹੇ ਆ ਹੂੰ ਉਸੜਾ ਜੀ ਮੰਨ ਕਿਵੇਂ ਆਇਆ ਜਮੀਰ ਜਾਗਿਆ ਤੁਹਾਡੇ ਅੱਗੇ ਪੁਲਿਸ ਦੀ ਹੈਲਪ ਕੀਤੀ ਜਾਵੇ ਹਾਲਾਂਕਿ ਨਸ਼ਾ ਕਰਨ ਵਾਲੇ ਖੁਦ ਛੱਡਣਾ ਸਾਰਾ ਕੰਮ ਖਤਮ ਹੋ ਰਿਹਾ ਹੂੰ ਪੈਸੇ ਆਰਥ ਕਿ ਤੁਹਾਨੂੰ ਵੀ ਪਤਾ ਜ਼ਮੀਨਾਂ ਵਿਗਰੀਆਂ ਸਾਡੀਆਂ ਹਾਂ ਹੂੰ ਛੱਡਣ ਦਾ ਮਨ ਬਣਾਇਆ ਹੂੰ ਕੋਈ ਪਿਸ਼ਤਾਵਾ ਹੈ ਜ਼ਿੰਦਗੀ ਖਰਾਬ ਕਰ ਲਈ ਤੁਸੀਂ ਜ਼ਿੰਮੇਵਾਰਾਂ ਦੀ ਕੁੜੀਆਂ ਅੱਛੇ ਖਾਸਾ ਤੁਹਾਡੇ ਜ਼ਮੀਨ ਹੈ ਜਾਇਦਾਦ ਆ ਪਛਤਾਵਾ ਹੋ ਰੇ ਬਿਲਕੁਲ ਜੀ ਮੈਂ ਸਾਈਪ੍ਰਸ ਗਈ ਸੀ ਫੋਰਨ ਕੰਟਰੀ ਹੋ ਉੱਥੋਂ ਲੱਗੇ ਸੀ ਡਰਗ ਯੂਜ਼ ਕਰ ਹਾਂ ਕੌਣ ਪਛਤਾਵਾ ਮੰਨ ਚ ਵੀ ਕਿੰਨਾਂ ਆ ਦੀ ਲਾਈਫ ਖਰਾਬ ਕਰਨੀ ਆ ਤੇ ਬੱਚੇ ਆ ਛੋਟੇ ਛੋਟੇ ਹਾਂ ਬਸ ਕਿਵੇਂ ਕਿਵੇਂ ਪਲਾਨ ਕਿਵੇਂ ਕੀਤਾ ਐਸਚੂ ਨਾਲ ਗੱਲ ਮੈਡਮ ਲਾਲ ਕੀਤੀ ਕਿ ਕੀ ਮੰਚ ਥਾਨ ਲਿਆ ਕਿ ਨਸ਼ਾ ਤਸਕਰਾਂ ਨੂੰ ਫੜਾਉਣਾ ਹੀ ਹੁਣ ਬਸ ਸਿਰ ਉਹਨਾਂ ਆਪ ਛੱਡੇ ਹੋਇਆ ਮੇਰੀ ਡੋਜ਼ ਚੱਲ ਰਹੀ ਆ ਡੀਵੀ ਹਸਪੀਟਲ ਨੂੰ ਸੋਚ ਹਾਂ ਅੰਦਰ ਐਨੀਓ ਕੀ ਉਸ ਤੋਂ ਬਾਅਦ ਮੈਡਮ ਨਾਲ ਗੱਲ ਕੀਤੀ ਸੀ ਕਿ ਇੱਧਰ ਸਾਰਾ ਮੁੰਲਾ ਹੀ ਨਸ਼ਾ ਦੇ ਰਿਹਾ ਬੱਚੇ ਵੀ ਦੇ ਰਿਹਾ 12-12 ਸਾਲ ਦੇ ਬੱਚੇ ਨਸ਼ਾ ਕਰ ਰਹੇ تھے ਇਹਨਾਂ ਦੇ ਬੱਚੇ ਬੋਲ ਵੀ ਸੀ ਸਮਾਨ ਨਸ਼ਾ ਛੱਡਣਾ ਚਾਹੁੰਦੇ ਹੁਣ ਤੁਸੀਂ ਹਾਂ ਜੀ ਮੈਡਮ ਇਹ ਦਵਾਈ ਦਵਾ ਰਿਹਾ ਸਰ ਅੱਛਾ ਕੀ ਹਾਲਾਤ ਕੀਨੇ ਮਲੋਟਦੇ ਹੋਰ ਕਿੰਨੀ ਜਗ੍ਹਾ ਤੇ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਤੁਸੀਂ ਪਹਿਲਾਂ ਇੱਥੇ ਆਏ ਹੋ ਇਹ ਮੁਹੱਲਾ ਕਿਹੜਾ ਹੈ ਤੇ ਕਿਵੇਂ ਨਸ਼ਾ ਮਿਲਦਾ ਇੱਥੇ ਲਾ ਛੱਜ ਗਰੀ ਮਨ ਲਫਦਾ ਹਾਂ ਇੱਥੇ ਆਮੀ ਨਸ਼ਾ ਵੀ ਕਿਦਾ ਜਿੱਦਾ ਮਰਜ਼ੀ ਲੈ ਲਓ ਹਾਂ ਤੇ ਉਹ ਮਿਲ ਜਾਂਦਾ ਸਰ ਤੋਂ ਮੇਰੇ ਐਕਚੁਅਲੀ ਗਲਾ ਖਰਾਬ ਹੋ ਗਿਆ ਤੁਸੀਂ ਉਹਨਾਂ ਨਾਲ ਗੱਲ ਗੱਲ ਬਿਲਕੁਲ ਇਹ ਉਹ ਕੁੜੀ ਹੈ ਜਿਹੜੀ ਖੋਦ ਐਡਿਕਟ ਹੈ ਖੋਦ ਨਸ਼ਾ ਕਰਦੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਇਹਦਾ ਵੀ ਜਿਹੜਾ ਸੋਚ ਹੈ ਜਾਗੀ ਹੈ ਕਹਿੰਦੀ ਹੈ ਕਿ ਕਿਤੇ ਨਾ ਕਿਤੇ ਪੁਲਿਸ ਦੀ ਹੈਲਪ ਕੀਤੀ ਜਾਵੇ ਔਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਆਖਰ ਕਿਸ ਤਰ੍ਹਾਂ ਪੁਲਿਸ ਦੀ ਰੇਡ ਚੱਲਦੀ ਹੈਗੀ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਸਾਦੀ ਵਰਦੀ ਦੇ ਵਿੱਚ ਇਹ ਜਿਹੜੇ ਪੁਲਿਸ ਦੇ ਕਰਮਚਾਰੀ ਨੇ ਔਰ ਆਖਿਰਕਾਰ ਰੇਡ ਹੈ ਲਗਾਤਾਰ ਕੀਤੀ ਜਾ ਰਹੀ ਹੈ ਐਸ ਐਚ ਓ ਸਿਟੀ ਦੇ ਕਰਮਜੀਤ ਕੌਰ ਨੇ ਔਰ ਸਾਦੀ ਵਰਦੀ ਵਿੱਚ ਪਹੁੰਚੇ ਨੇ ਔਰ ਸਾਦੀ ਵਰਦੀ ਚਾਕੇ ਦਬਜ ਦਿੱਤੀ ਹੈ ਖੁਦ ਉਸ ਨਸ਼ਾ ਤਸਕਰਾਂ ਤੱਕ ਪਹੁੰਚੇ ਨੇ ਆਪਾਂ ਗੱਲਬਾਤ ਐਸਐਚਓ ਸਾਹਿਬ ਨਾਲ ਦੁਬਾਰਾ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਕਿੰਨਾ ਔਖਾ ਇਹ ਟਰੈਪ ਲੱਗਿਆ ਮੈਮ ਕਾਫੀ ਟਾਈਮ ਤੋਂ ਉਸ ਦੀ ਮਦਦ ਕ ਮਿਹਨਤ ਕਰ ਰਹੇ ਸੀਗੇ ਸਿਵਲ ਵਰਦੀ ਕੀ ਨਿਕਲੇ ਹੋ ਪਹੁੰਚਣ ਦਾ ਕਿ ਦਿੱਕਤ ਕਿੰਨੀ ਆਈ ਕਾਫੀ ਮੁਸ਼ਕਲ ਆਈ ਹੈ ਅਸੀਂ ਪਿਛਲੇ 4-5 ਦਿਨ ਤੋਂ ਲਗਾਤਾਰ ਜਿਹੜੀ ਫੋਰਸ ਲਾ ਕੇ ਸਾਰਾ ਏਰੀਆ ਸੀਲ ਕੀਤਾ ਹੋਇਆ ਸੀ ਕਿ ਆਉਣਾ ਜਾਣਾ ਬੰਦ ਹੋ ਜਾਏ ਔਰ ਸਾਨੂੰ ਪ੍ਰੋਬਲਮ ਦਸੀ ਸੀ ਪਬਲਿਕ ਨੇ ਉਹਦੇ ਵੀ ਆਫਤੇ ਪਰ ਸਾਨੂੰ ਮੁਸ਼ਕਲ ਇੰਨੀ ਜ਼ਿਆਦਾ ਹੈ ਇੰਨੇ ਜ਼ਿਆਦਾ ਟ੍ਰੈਂਡ ਨੇ ਜੇ ਤੁਹਾਨੂੰ ਦਸੀਏ ਮਤਲਬ ਛੋਟਾ ਬੱਚਾ ਇੱਕ 5 ਸਾਲ ਦਾ ਬੱਚਾ ਮੈਂ ਜਦੋਂ ਕਿ ਉਹਨੇ ਮੈਨੂੰ ਵੇਖਿਆ ਨਹੀਂ ਪਤਾ ਨਹੀਂ ਕਿੱਥੇ ਵੇਖਿਆ ਸਿਵਲ ਕੱਪੜੇ ਜਦੋਂ ਮੈਂ ਆਈ ਤੇ ਉਹਨੇ ਮੈਨੂੰ ਦੇਖ ਕੇ ਗਿਆ ਦੀਦੀ ਤੇਰੇ ਵਰਗੀ ਕੁੜੀ ਇੱਕ ਪੁਲਿਸ ਵਾਲੀ ਹੈ ਹਾਂ ਤੇ ਉਹਨੇ ਮੇਰੇ ਤੇ ਸ਼ੱਕ ਬੜਾ ਜਾਰ ਕੀਤਾ ਪਰ ਆਪਾਂ ਵੀ ਫਿਰ ਥੋੜਾ ਮਿਹਨਤ ਨਾਲ ਕੰਮ ਕੀਤਾ ਪਰ ਕਿੰਨੇ ਘਰਾਂ ਚ ਮੈਂ ਮਰੇਟ ਕੀਤੀ ਹੈ ਕੋਈ ਬਰਾਮਦੀ ਹੋਈ ਹੈ ਹਾਂ ਜੀ ਸਾਨੂੰ ਚਿੱਟਾ ਗੋਮੀਆਂ ਜਿਹੜੀਆਂ ਹੈਗੀਆਂ ਮਿਲੀਆਂ ਹੈਗੀਆਂ ਅਸੀਂ ਉਹ ਫਿਲਹਾਲ ਕੀਤੀ ਚਾਰ ਘਰਾਂ ਵਿੱਚ ਕੀਤੀ ਹੈ ਜਿਹੜੇ ਦੋ ਤੇ ਲੋਕ ਹੀ ਲਾਗੇ ਪੱਜ ਗਏ ਆ। ਪਰ ਇੱਕ ਜਿਹੜੀ ਹੈਗੀ ਨੇੜੀ ਅਸੀਂ ਬਿਠਾਈ ਹੋਈ ਉਹ ਦੇਖਣ ਨੂੰ ਤੁਸੀਂ ਸੋਚੋਗੇ ਨਹੀਂ ਉਹ ਮਤਲਬ ਹੈਂਡੀਕੈਪਟ ਟਾਈਪ ਬਣ ਕੇ ਰਹਿੰਦੇ ਆ ਜਿਵੇਂ ਬਹੁਤ ਹੀ ਵਿਚਾਰੇ ਜੇ। ਪਰ ਉਹ ਇਹ ਜਿਹੜਾ ਉਹਨੇ ਆਪਣਾ ਸਮਾਨ ਬੜੀ ਤਰੀਕੇ ਨਾਲ ਲਪਾਇਆ ਥੋੜੇ ਟਾਈਮ ਚ ਅਸੀਂ ਪੁੱਛਗਿੱਛ ਕਰਦੇ ਆ ਉਹ ਵੀ ਸੱਚੇ ਕਰਕੇ ਸੀ। ਉਹ ਵੀ ਸਾਨੂੰ ਇੱਥੋਂ ਹੀ ਪਤਾ ਲੱਗਿਆ। ਔਰ ਇਹ ਇੱਕ ਗਲੀ ਹੈਗੀ ਹੈ ਜਿਹੜੀ ਜਿੰਨੂੰ ਕਹਿ ਸਕਦੇ ਸ਼ਹਿਰ ਦੀ ਕਾਫੀ ਬਦਨਾਮ ਗਲੀ ਹੈ। ਜਿਹਦੇ ਬਾਰੇ ਇੱਕ ਇੱਕ ਮੱਚਾ ਦੱਸ ਦੇਗਾ ਕਿ ਇੱਥੇ ਹੈ ਪਰ ਮਿਲਦਾ ਇੱਥੇ ਕੁਝ ਨਹੀਂ। ਦੇ ਰੇਡ ਕਰੂਗੀ ਪੁਲਿਸ ਉਹਦਾ ਕੁਝ ਨਹੀਂ ਮੈਨੂੰ ਇਹ ਸਿਰਫ ਜਿਹੜੇ ਤੁਸੀਂ ਦੇਖੋਗੇ ਜੇ ਤੁਸੀਂ ਕਦੇ ਵੈਸੇ ਵੀ ਦੇਖੋਗੇ ਨਾ ਇੱਥੇ ਇਹ ਪੂਰਾ ਧਿਆਨ ਰੱਖਦੇ ਅੱਗੇ ਪਿੱਛੇ ਕਿ ਪੁਲਿਸ ਦੀ ਲੋਕੇਸ਼ਨ ਕੀ ਆ ਔਰ ਇਹ ਆਪਣੇ ਪੱਕੇ ਕਸਟਮਰ ਨੂੰ ਦੇਣਗੇ ਔਰ ਇਹਨਾਂ ਕੋਲ ਕਲਾਇੰਟ ਹੀ ਬਹੁਤ ਹੈ ਬਿਲਕੁਲ ਮਲੋਟ ਸਿਟੀ ਦੇ ਐਸ ਐਚਓ ਨੇ ਕਰਮਜੀਤ ਕੌਰ ਕਾਫੀ ਦਬੰਗ ਅਫਸਰ ਨੇ ਕਿਉਂਕਿ ਪਹਿਲਾਂ ਵੀ ਬਠਿੰਡਾ ਕ ਤਾਇਨਾਤ ਸੀ ਉਦੋਂ ਵੀ ਨਸ਼ਾ ਤਸਕਰਾਂ ਦੇ ਪਸੀਨੇ ਇਹਨਾਂ ਨੇ ਛੜਾ ਕੇ ਰੱਖੇ ਸੀ ਔਰ ਅੱਜ ਇੱਕ ਵੱਖਰੇ ਤੌਰ ਤੇ ਸਟਿੰਗ ਕੀਤਾ ਹੈ ਸਿਵਲ ਵਰਦੀ ਚਾਏ ਨੇ ਮੋਟਰਸਾਈਕਲ ਤੇ ਪਹੁੰਚੇ ਨੇ ਤੇ ਆਖਿਰਕਾਰ ਤਿੰਨ ਚਾਰ ਚਿੱਟਾ ਨਸ਼ੇ ਤੇ ਹੋਰ ਵੀ ਗੇੜਾ ਨਸ਼ੀਲਾ ਸਮਾਨ ਹੈ ਉਹ ਕਿਤੇ ਨਾ ਕਿਤੇ ਬਰਾਮਦ ਹੋਇਆ ਹੈ ਸਹਿਯੋਗੀ ਚੇਤਨਪੂਰਾ ਦੇ ਨਾਲ ਸੂਰਜਪਾਲ ਨਿਊਜ਼ 18 ਪੰਜਾਬ ਮਲੋਟ